ਛੜਦੇ ਤੇ ਲੈਂਦੇ ਪੰਜਾਬ ਦੀ ਵੰਡ ਤੋਂ ਪਹਿਲੇ ਇਸ ਪਿੰਡ 'ਚ ਵੀ ਸੀ ਸਿੱਖਾਂ ਦੀ ਇੱਕ ਵੱਡੀ ਤਾਦਾਦ ਇਸ ਲਈ ਇਸ ਪਿੰਡ ਨੂੰ ਆਖਿਆ ਜਾਂਦਾ ਸੀ ਚੱਕ ਨੰਬਰ 63 ਗਾਫ ਬੇ ਅਕਾਲਗੜ ਅਕਾਲਗੜ ਦੀਆਂ ਨੇ ਗਲੀਆਂ ਤੇ ਬਾਜ਼ਾਰ ਖੂਬਸੂਰਤ ਇਸ ਪਿੰਡ ਨੂੰ ਕਿਉਂ ਆਖਿਆ ਜਾਂਦਾ ਏ ਅਕਾਲਗੜ ਇੱਥੇ ਦੇ ਲੋਕ ਰਹਿੰਦੇ ਨੇ ਆਪਸ ਵਿੱਚ ਮੁਹੱਬਤ ਤੇ ਭਾਈਚਾਰੇ ਦੇ ਨਾਲ ਇਸ ਪਿੰਡ ਨੂੰ ਕਿਵੇਂ ਕੀਤਾ ਗਿਆ ਸੀ ਆਬਾਦ ਇਸ ਪਿੰਡ ਦੇ ਵਿੱਚ ਵੀ ਸੀ ਦੋ ਖੂਹ ਇਸ ਪਿੰਡ ਦੀ ਵਾਈ ਬੀਜੀ ਲਈ ਇਹਨੂੰ ਕਿੰਨੇ ਲੱਗਦੇ ਸੀ ਮੋਗੇ ਹੁਣ ਇਸ ਪਿੰਡ ਮੇਰਾ ਨਾਮ ਜੀ ਰਿਹਾਨ ਸ਼ਰੀਫ ਤੇ ਵਾਲਾ ਸਾਹਿਬ ਦਾ ਨਾਮ ਮੁਹੰਮਦ ਸ਼ਰੀਫ ਨੰਬਰਦਾਰ ਜੀ ਤੇ तकरीबन ਸਾਡੀ ਪਦੈਸ਼ ਹੀ ਇਸੇ ਚੱਕਦੀ ਹੈ ਜੀ ਇਹਦਾ ਅਸਲੀ ਨਾਮ ਜਿਹੜਾ ਹੈ ਜੀ ਉਹ ਹੈ ਗੜ ਲక్ష్ਮੀ ਸਹਾਈ ਜੀ ਅਕਾਲਗੜ ਇਹ ਪਾਰਟੀਸ਼ਨ ਤੋਂ ਪਹਿਲਾਂ ਹੀ ਜਦੋਂ ਸਾਡੇ ਵੱਡੇ ਦਾਦਾ ਬੂ ਬਗੈਰਾ ਸਾਰੇ ਆਏ ਸੀ ਨਾ ਜੀ ਸਾਰੇ ਉਦੋਂ ਨਾਮ ਹੀ ਇਹਦਾ ਏ ਸੀ ਗੜ ਲక్ష్ਮੀ ਸਹਾਈ ਅਕਾਲਗੜ ਇਹਦਾ ਆਪਣਾ ਗਵਾਂਡੀ ਪਿੰਡੇ ਦੇ ਜਿਹੜੇ ਨੀਅਰੈਸਟ ਪਿੰਡੇ ਨੇ ਨਜ਼ਦੀਕ ਸਾਡੇ ਚੱਕ ਦੀਆਂ ਦੋ ਆਬਾਦੀਆਂ ਜੀ 36 ਚੱਕ ਅਕਾਲਗੜ ਤੇ 36 ਚੱਕ ਜੀ ਮੋਤੀ ਸਿੰਘ ਵਾਲਾ ਸਾਡਾ ਉਹਦਾ ਡਿਸਟੈਂਸ ਤਕਰੀਬਨ 2 ਕਿਲੋਮੀਟਰ ਦਾ ਜੀ ਤੇ ਦੂਸਰਾ ਜਿਹੜਾ ਹੈ ਜੀ ਸਾਡੇ ਨਾਲ ਪਿੰਡ ਹੈਗਾ ਜੀ 62 ਚੱਕ 62 ਚੱਕ ਇੱਕ ਵੱਡਾ ਬਾਟ ਕਹਿੰਦੇ ਜੀ ਇੱਕ ਛੋਟਾ ਬਾਟ ਹੈ ਜੀ ਨਾਲ ਸਾਡੇ ਹੈ ਜੀ 104 ਗਾਬੇ ਸਮਰਾਜ ਜੰਡਿਆਲਾ ਤੇ ਸਾਡੇ ਚੱਕ ਨੂੰ ਆਉਣ ਲਈ ਜੀ ਦੋ ਰਸਤੇ ਨੇ ਇੱਕ ਖੁਲੜਿਆਂ ਵਾਲੇ ਤੋਂ ਜਣਾ ਵਾਲਾ ਰੋਡ ਜੀ ਦੂਸਰਾ ਫੈਸਲਾਬਾਦ ਤੋਂ ਜਣਾ ਵਾਲਾ ਰੋਡ ਜੀ ਸਾਡਾ ਦੋਨਾਂ ਰੋਡਾਂ ਦੇ ਦਰਮਿਆਨ ਦੇ ਵਿੱਚ ਪਿੰਡ ਹੈ ਜੀ ਤਕਰੀਬਨ ਆਪਣਾ ਖੁਲੜਿਆਂ ਵਾਲਾ ਜਣਾ ਰੋਡ ਤੋਂ ਵੀ 5 ਕਿਲੋਮੀਟਰ ਜੀ ਤੇ ਜਣਾ ਵਾਲਾ ਤੋਂ ਫੈਸਲਾਬਾਦ ਤੋਂ ਵੀ 5 ਕਿਲੋਮੀਟਰ ਸਾਡਾ ਸੈਂਟਰ ਦੇ ਵਿੱਚ ਪਿੰਡ ਹੈ ਜੀ ਅਗਰ ਤੁਸੀਂ ਲਾਹੌਰੋਂ ਆਉਣਾ ਹੋਵੇ ਹੁਣ ਤੇ ਬੜਾ ਜ਼ਬਰਦਸਤ ਹੈ ਜੀ ਵੇ ਜੀ ਕਿ ਤੁਸੀਂ ਲਾਹੌਰੋਂ ਠੋਕਰ ਤੋਂ ਨਿਕਲੋ ਮੋਟਰਵੇ ਸਾਡੀ ਜਾਂਦੀ ਜੀ ਮਲਤਾਨ ਮੋਟਰਵੇ ਆ ਕੇ ਅਗੇ ਰਿਆਜ਼ ਨਗਰ ਇੰਟਰਚੇਂਜ ਆਉਂਦੀ ਹੈ ਰਿਆਜ਼ ਨਗਰ ਤੋਂ ਉੱਤਰ ਕੇ ਤੇ ਤੁਸੀਂ ਜਣਾਵਾਲੇ ਸ਼ਹਿਰ ਆਓ ਜਣਾਵਾਲੇ ਸ਼ਹਿਰ ਤੋਂ ਤੁਸੀਂ ਜਨਾਬ ਸਿੱਧੇ ਸਾਡੇ ਦੋਨੋਂ ਰਸਤੇ ਇਸਤੇਮਾਲ ਕਰ ਸਕਦੇ ਆ ਖੁਲੜਿਆਂ ਵਾਲਾ ਜਣਾਵਾਲਾ ਰੋਡ ਵੀ ਤੇ ਫੈਸਲਾਬਾਦ ਤੋਂ ਜਣਾਵਾਲਾ ਜੀ ਉੱਥੇ ਜੀ ਅਵਾਗਤ ਬੰਗਲਾ ਜੀ ਅਵਾਗਤ ਬੰਗਲੇ ਤੋਂ ਆ ਕੇ ਸਾਡਾ ਕੋ ਚੱਕਾ ਹੈ ਜੀ ਤਕਰੀਬਨ ਕੋ 5 ਕਿਲੋਮੀਟਰ ਜੀ ਹਾਂ ਜੀ ਜੀ ਬਿਲਕੁਲ ਹੈ ਸੀ ਇੱਥੋਂ ਪਹਿਲੇ ਚੌਕ ਦੇ ਵਿੱਚ ਜਿਹੜੀ ਸਾਡੀ ਜੰਮਿਆ ਮਸਜਿਦ ਹੈ ਜੀ ਅਲ ਹਦੀਸ ਉੱਥੇ ਉੱਥੇ ਵੀ ਇੱਕ ਖੂਹ ਹੁੰਦਾ ਸੀ ਇੱਕ ਸਾਡੇ ਰਾਣਾ ਮੁਹੰਮਦ ਸ਼ਰੀਫ ਰਹਿਮਤੁੱਲਾਹ আলাইਹ ਫੌਤ ਹੋ ਗਿਆ ਜੀ ਮਾਸ਼ਾਅੱਲਾ ਬਜ਼ੁਰਗ ਸਾਨ ਉਹਨਾਂ ਦੇ ਵੀ ਇੱਕ ਹਵੇਲੀ ਦੇ ਵਿੱਚ ਵੇਖੂ ਹੁੰਦਾ ਸੀ ਜਿਹੜੇ ਸਾਨੂੰ ਵੱਡਿਆਂ ਨੇ ਦੱਸੀ ਹੈ ਠੀਕ ਹੈ ਜੀ ਬਿਲਕੁਲ ਸਾਡੇ ਨਾਲ तकरीबन 5 ਕੋਈ 1000 ਫੁੱਟ ਦੇ ਸਾਡੇ ਇੱਕ ਛੋਟੀ ਨਹਿਰ ਹੈ ਜਿਹਦੇ ਵਿੱਚੋਂ ਮੋਗਾ ਨਿਕਲ ਕੇ ਸਾਡੇ ਸਾਰੀਆਂ ਪੈਲੀਆਂ ਪਾਣੀ ਸ਼ਾਨੀ ਉੱਥੋਂ ਲੱਗਦਾ ਖਾਲੇ ਵਗੈਰਾ ਇਹ ਤੇ तकरीबन ਸਾਡੀ ਜਿਹੜੇ ਹੈਗੇ ਪਿੰਡ ਦੀ ਜਿਹੜਾ ਹੈਗਾ ਰਕਬਾ तकरीबन 70 ਮਰਬੇ ਦੇ ਨਜ਼ਦੀਕ ਹੈ ਜੀ ਗਰਾਊਂਡ ਵਰ 70 ਮਰਬਾ ਜੀ तकरीबन ਸਾਡੀ 99% ਜਿਹੜੀ ਸਾਡੀ ਜ਼ਮੀਨ ਹੈ ਜੀ ਅਲਹਮਦੁਲਿਲਾ ਬਾਦ ਹੈ ਜੀ ਇਸ ਸਿਲਸਲੇ ਇਦਾਂ ਹੀ ਇਹ ਜਿਸ ਤਰ੍ਹਾਂ ਤੁਹਾਡੀ ਵਿਰਾਸਤੀ ਹੁੰਦਾ तकरीबन ਜੀ ਇੱਥੇ ਸਾਡੇ ਦੋ ਬਸਤੀਆਂ ਦੋਵਾਂ ਬادیهਆਂ ਦੇ ਦੋ ਨੰਬਰਦਾਨ ਨੇ ਇਹ ਪਹਿਲੋਂ ਸਨ ਹਾਜੀ ਇਬਰਾਹਿਮ ਸਾਹਿਬ ਸਾਡੇ ਉਹ ਬਜ਼ੁਰਗ ਸਨ ਅਰਾਇਂ ਬਰਾਦਰੀਆਂ ਤਲਕ ਸੀ ਤੇ ਉਹਨਾਂ ਤੋਂ ਬਾਅਦ ਹੁਣ ਉਹਨਾਂ ਦਾ ਭਤੀਜਾ ਜੀ ਹਾਜੀ ਅਬਦੁਰਜ਼ਾਕ ਨੰਬਰਦਾਰ ਸਨ ਤੇ ਸਾਡੀ ਜਿਹੜੀ ਫੈਮਲੀ ਉਹ ਫੈਮਲੀ ਸਾਡੀ ਹੈ तकरीबन ਫਿਰ ਸਾਡੇ ਜਿਹੜੀ ਫਿਰ ਸਾਡੇ ਘਰ ਦੇ ਵਿੱਚੋਂ ਸਾਡੇ ਟੱਬਰ ਚੋਂ ਚੌਰੀ ਅੱਲਾਹ ਤਾਲਾ ਮਰਹੂਮ ਨੰਬਰਦਾਰ ਸਨ ਉਹਨਾਂ ਤੋਂ ਬਾਅਦ ਜੀ ਚੌਰੀ ਅਬਦੁਲ ਲਤੀਫ ਮਰਹੂਮ ਫਿਰ ਮੇਰੇ ਵਾਲਦ ਸਾਹਿਬ ਯਾਨੀ ਕੋ ਮੇਰੇ ਦਾਦਾ ਜਾਨ ਸਨ ਜਿਹੜੇ ਅੱਲਾਹ ਦਿੱਤਾ ਸਾਹਿਬ ਸਨ ਤੇ ਚੌਰੀ ਅਬਦੁੱਲ ਰਜ਼ੀ ਮੇਰੇ ਤਾਇਆ ਜਾਨ ਸਨ ਉਸ ਤੋਂ ਬਾਅਦ ਫਿਰ ਜਨਾਬ ਚੌਰੀ ਸ਼ਰੀਫ ਨੰਬਰਦਾਰ ਮਰਹੂਮ ਰਹਿਮਤੁਲਾਹ ਲੈ ਉਹਨਾਂ ਤੋਂ ਬਾਅਦ ਮੇਰੇ ਭਾਈ ਸੀ ਵੱਡੇ ਮੀਆਂ ਇਮਰਾਨ ਸ਼ਰੀਫ ਨੰਬਰਦਾਰ ਜਿਨੇ 4 ਸਾਲ ਪਹਿਲੋਂ ਡੈਥ ਹੋ ਗਈ ਉਹਨਾਂ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈ ਮੇਰੇ ਕੋਲ ਜੀ ਬਹੁਤ ਜ਼ਬਰਦਸਤ ਜਾ ਰਹੀ ਹੈ ਜਿਨੇ ਯੰਗ ਜਨਰੇਸ਼ਨ ਹੈਗੀ ਆ ਉਹਨਾਂ ਦਾ ਬਹੁਤ ਰੋਲ ਹੈਗਾ ਜੀ ਆਪਣੇ ਮਾਸ਼ਾਅੱਲਾਹ ਦੇ ਹੱਥ ਦੇ ਮੁੰਡੇ ਬਹੁਤ ਬੜੇ ਲਿਖੇ ਆ ਐਮ ਐਸ ਸੀ ਕੀਤੀ ਆ ਮੁੰਡਿਆਂ ਨੇ ਐਮ ਇੰਗਲਿਸ਼ ਕੀਤੇ ਨੇ ਮਾਸ਼ੱਲਾ ਸਾਡੇ ਬਹੁਤ ਸਾਰੇ ਮੁੰਡੇ ਜਿਹੜੇ ਉਹਨਾਂ ਦਾ ਤਾਲੀਮ ਵਾਲ ਬੜਾ ਰੁਝਾਨ ਹੈ ਮੇਰੇ ਵੱਡੇ ਭਾਈ ਜਿਹੜੇ ਉਹ ਸਬਡੈਂਟ ਬੋਰਡ ਨੇ ਮਸੇ ਸਾਡੇ ਮੁੰਡੇ ਮਾਸ਼ੱਲਾ ਸਾਰੇ ਬਹੁਤ ਸਾਰੇ ਯੰਗ ਜਿਹੜੇ ਲਫਟੈਨ ਨੇ ਆਰਮੀ ਵਿੱਚ ਬਾਕੀ ਜਿਹੜੇ ਕੋਈ ਸਰਕਾਰੀ ਅਹੁਦਿਆਂ ਤੇ ਕਾਫੀ ਸਾਡੇ ਬਲਕੇ ਜਿਹੜੇ ਪਿਛਲੇ ਜਿਹੜੇ ਐਡੀਸ਼ਨਲ ਆਈਜੀ ਸਾਹਿਬ ਸੀ ਉਹ ਵੀ ਸਾਡੇ ਪਿੰਡ ਦੇ ਸੀਗੇ ਸਰਮਸ ਸੈਦ ਖਾਨ ਸਾਹਿਬ ਤੇ ਹੋਰ ਵੀ ਮਾਸ਼ੱਲਾ ਸਾਡੇ ਬਹੁਤ ਸਾਰੇ ਅਸੀਂ ਮੀਡੀਆ ਦੇ ਨਾਲ ਬਹੁਤ ਅਟੈਚ ਹੋ ਗਏ ਨਾ ਹੁਣ ਜਿਹੜਾ ਪਹਿਲਾ ਦੌਰ ਸੀ ਖਤਮ ਹੋ ਗਿਆ ਤੇ ਬਾਕੀ ਹੈ ਜੀ ਹੁਣ ਇਸ ਟਾਈਮ ਮੁੰਡੇ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਆ ਮੈਂ ਬਜ਼ਾਤੇ ਖੁਦ ਬੜਾ ਐਕਟਿਵ ਆ ਅਸੀਂ ਟਿਕਟੋਕ ਦੀਆਂ ਵੀਡੀਓ ਪਿੰਡ ਦਾ ਦਿਹਾੜ ਦੇ ਬਾਰੇ ਜਾਂ ਕੋਈ ਜਿਹੜੀਆਂ ਪੁਰਾਨੀਆਂ ਕੋਈ ਚੀਜ਼ਾਂ ਹੈਗੀਆਂ ਵਾ ਬੰਗਲੇ ਦੇ ਅੰਦਰ ਕੋਈ ਯਾਦਗਾਰ ਚੀਜ਼ਾਂ ਵਾ ਜਾਂ ਕੋਈ ਪਿੰਡਾਂ ਦੇ ਵਿੱਚ ਜਿਹੜੀਆਂ ਯਾਦਗਾਰ ਚੀਜ਼ਾਂ ਜਿਹੜੀਆਂ ਪੁਰਾਨੀਆਂ ਸਾਡੀ ਵਿਰਾਸਤੀ ਹੈ ਜੋ ਕੋਈ ਲੱਭ ਜਾਵੇ ਅਸੀਂ ਬੜਾ ਉਹਨੂੰ ਕੈਸ਼ ਕਰੀਦਾ ਵਾ ਉਹਦੀ ਵੀਡੀਓ ਬਣਾਈ ਦੀ ਆ ਤੇ ਅਸੀਂ ਆਪਣੇ ਸੋਸ਼ਲ ਮੀਡੀਆ ਦਾ ਚੈਨਲ ਆਪਣਾ ਬਣਾਇਆ ਉਹਦੇ ਤੋਂ ਅਪਲੋਡ ਅਪਡੇਟ ਕਰੀਦਾ ਤੇ ਬਹੁਤ ਜ਼ਬਰਦਸਤ ਜਾ ਰਿਹਾ ਮਾਸ਼ਾ ਅੱਲਾ 50 50 ਹੈ ਜੀ ਚੇਂਜ ਹੋ ਗਈ ਕਾਫੀ ਚੀਜ਼ ਅਵੇਅਰਨੈਸ ਆ ਗਈ ਹੈ ਲੋਕਾਂ ਨੂੰ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਦੌਰ ਆ ਹੁਣ ਲੋਕ ਜ਼ਿਆਦਾ ਖੁਦ ਹੀ ਚਲ ਜਾਂਦੇ ਆ ਜੀ ਕਿਸ ਐਮਪੀਐਮਐਨ ਦੇ ਕੋਲ ਆਪਣੇ ਤੌਰ ਤੇ ਜਾ ਕੇ ਮਿਲ ਲੈਂਦੇ ਆ ਨਾ ਨੰਬਰਦਾਰਾਂ ਕੋਈ ਨਾ ਟਾਈਮ ਹੈਗਾ ਜੀ ਨਾ ਲੋਕਾਂ ਕੋਈ ਇੰਨਾ ਟਾਈਮ ਹੈਗਾ ਉਹ ਥੋੜੀ ਜਿਹੀ ਗਰੂਪਿੰਗ ਦਾ ਵੀ ਅੱਗੇ ਮਸਲਾ ਆ ਜਾਂਦਾ ਜੀ ਅਗਰ ਨੰਬਰਦਾਰ ਨੂਨ ਲੀਗ ਨਾਲ ਅਟੈਚ ਆ ਤੇ ਉਹਨੂੰ ਪੀਟੀਆਈ ਵਾਲੇ ਨਹੀਂ ਕਹਿਣਗੇ ਅਗਰ ਪੀਟੀਆਈ ਨਾਲ ਅਟੈਚ ਆ ਨੂਨ ਲੀਗ ਵਾਲੇ ਨਹੀਂ ਕਹਿਣਗੇ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਲੇਕਿਨ ਅਲਹਮਦੁਲਿਲਾ ਸਾਡਾ ਜਿਹੜਾ ਚੱਕਰ ਹੈ ਜੀ ਇੱਥੇ ਹਜੇ ਕਾਫੀ ਬਿਹਤਰੀ ਹੈ ਸਾਡੇ ਤੇ ਨਾ ਕੋਈ ਐਸਾ ਅਲਹਮਦੁਲਿਲਾ ਕੋ ਮੇਜਰ ਕਿਸੇ ਦੀ ਆਪਸ ਵਿੱਚ ਕੋਈ ਦੁਸ਼ਮਣੀ ਹੈਗੀ ਹੈ ਨਾ ਹੀ ਅਲਹਮਦੁਲਿਲਾ ਸਾਡੇ ਕੋਈ ਮਸਲਕ ਵਾਈਜ਼ ਅਜਿਹਾ ਕੋਈ ਮਸਲਾ ਬਣਿਆ ਵਾ ਸਾਡੇ ਅਲਹਮਦੁਲਿਲਾ ਸਾਡੀਆਂ ਖ ਸਾਡੇ ਬਰਾਦਰੀ ਵਾਈਜ਼ ਸਾਡੀ ਜਿਹੜੀ ਬਰਾਦਰੀ ਹੈ ਜੀ ਜ਼ਿਆਦਾ ਇੱਥੇ ਦੂਸਰੇ ਨੰਬਰ ਤੇ ਸਾਡੇ ਹੈ ਜੀ ਗੁੱਜਰ ਬਰਾਦਰੀ ਸਾਡੇ ਅਰਾਈਆਂ ਔਰ ਗੁੱਜਰ ਪਾਰਟੀਸ਼ਨ ਤੋਂ ਪਹਿਲੋਂ ਵੀ ਇਕੱਠੇ ਹੀ ਮੇਰੇ ਦਾਜਾ ਜੀ ਦੇ ਨਾਲ ਇੱਥੇ ਆਏ ਸੀ ਦਾਦਾ ਬੂ ਦੇ ਨਾਲ ਇੱਥੇ ਤਸ਼ੀਫ ਲੈ ਕੇ ਆਏ ਸੀ ਐਸੇ ਪਿੰਡ ਦੇ ਅਕਾਲਗੜ ਦੇ ਨੇ ਇਹ ਤਕਰੀਬਨ ਇੱਥੋਂ ਜਲੰਧਰ ਤੋਂ ਵੀ ਹੈ ਨੇ ਜੀ ਤੇ ਲਾਹੌਰ ਤੋਂ ਵੀ ਹੈ ਨੇ ਤੇ ਆ ਬੇਸਿਕ ਮੇਰੇ ਖਿਆਲ ਹੈ ਦੋ ਹੀ ਨੇ ਹੈ ਜੀ ਜਲੰਧਰੀ ਇਹਨੇ ਤੇ ਜਾਂ ਤੁਹਾਡੇ ਲਾਹੌਰ ਦੇ ਨੇ ਸਾਡਾ ਲਾਹੌਰ ਦਾ ਵਾ ਕੁਝ ਜਲੰਧਰ ਦੇ ਲੋਕ ਨੇ ਇੱਥੇ ਆਏ ਐਕਟੀਵਿਟੀਜ਼ ਜਿਹੜੀਆਂ ਵਾ ਸਾਡੇ ਪਿੰਡ ਦੇ ਪਹਿਲੇ ਤੇ ਹੁੰਦਾ ਸੀ ਕਬੱਡੀ ਦਾ ਬੜਾ ਮੈਚ ਹੁੰਦਾ ਸੀ ਇੰਟਰਨੈਸ਼ਨਲ ਪਲੇਅਰ ਵੀ ਸਾਡੇ ਪਿੰਡ ਦੇ ਆ ਗਏ ਆ ਮੁੰਡਾ ਫਜ਼ੀਰ ਮਾਨ ਸਾਹਿਬ ਆ ਗਏ ਆ ਫਜ਼ੀਰ ਮਾਨ ਇੰਟਰਨੈਸ਼ਨਲ ਕਬੱਡੀ ਦੇ ਪਲੇਅਰ ਸੀਗੇ ਉਸ ਤੋਂ ਬਾਅਦ ਸਨਾਵਲਾ ਸਾਹਿਬ ਆ ਗਏ ਆ ਉਹ ਆਰਮੀ ਵਿੱਚ ਇੰਟਰਨੈਸ਼ਨਲ ਪਲੇਅਰ ਸੀਗੇ ਤੇ ਉਸ ਉਸ ਤੋਂ ਬਾਅਦ ਕੋਈ ਕਬੱਡੀ ਦਾ ਨਾ ਰੁਝਾਨ ਬਹੁਤ ਜ਼ਿਆਦਾ ਘਟ ਗਿਆ ਫਿਰ ਮੁੰਡਿਆਂ ਦਾ ਵਾਲੀਬਾਲ 'ਤੇ ਧਿਆਨ ਹੁਣ ਇਸ ਟਾਈਮ ਮੁੰਡੇ ਵਾਲੀਬਾਲ ਬੜਾ ਖੇਡਦੇ ਆ ਫਿਰ ਹਾਕੀ ਦਾ ਕਦੀ ਮੁੰਡਿਆਂ ਨੂੰ ਸ਼ੌਕ ਚੜ੍ਹ ਜਾਂਦਾ ਵਾ ਹਾਕੀ ਖੇਡਣ ਲੱਪੈਂਦੇ ਲੇਕਿਨ ਹੁਣ ਹਾਕੀ ਜਾਂ ਫੁੱਟਬਾਲ ਜਾਂ ਦੂਸਰੀਆਂ ਤੀਸੀਆਂ ਜਿਹੜੀਆਂ ਚੀਜ਼ਾਂ ਨਾ ਜਿਹੜੀਆਂ ਖੇਲਾ ਵਾਂ ਉਹਨਾਂ ਵਾਸਤੇ ਅੱਗੇ ਪਿੰਡਾਂ ਥਾਵਾਂ ਦੇ ਆਲੇ ਦੁਆਲੇ ਗਰਾਊਂਡਾਂ ਹੁੰਦੀਆਂ ਸੀਗੀਆਂ ਉਹਨੋਂ ਗਰਾਊਂਡਾਂ ਨਹੀਂ ਆ ਗਈਆਂ ਗਰਾਊਂਡਾਂ ਮਸਲ ਹੁਣ ਇੱਕ ਹੁੰਦਾ ਨਾ ਪਿੰਡਾਂ ਥਾਵਾਂ ਨੂੰ ਸਰਕਾਰੀ ਜਗਾ ਮਿਲੀ ਹੁੰਦੀ ਸੀ 2-4 ਕਿੱਲੇ 5 ਕਿੱਲੇ ਉਹ ਆਪਣਾ ਉੱਥੇ ਜਾ ਕੇ ਖੇਲ ਖੂਲ ਕਰਦੇ ਸੀਗੇ ਉਹ ਜਿਹੜੇ ਨੇ ਨਾ ਕਿ ਅਗਰ ਤੁਹਾਡੇ ਖੇਲਾਂ ਦੇ ਮੈਦਾਨ ਆ ਬਾਦ ਆ ਤੇ ਤੁਹਾਡੇ ਹਸਪਤਾਲ ਵਰਾਣ ਹਸਪਤਾਲ ਤੁਹਾਡੇ ਤਾਂ ਹੀ ਵਰਾਣ ਹੋਣੇ ਆ ਜੇ ਤੁਸੀਂ ਖੇਲਾ ਕਰਨੀ ਆ ਤੇ ਹੁਣ ਹਸਪਤਾਲਾਂ ਵਿੱਚ ਆਬਾਦੀ ਵਧ ਗਈ ਆ ਤੇ ਖੇਲਾਂ ਵਿੱਚ ਘਟ ਗਈ ਆ ਹੁਣ ਮੁੰਡੇ ਜਿਹੜੇ ਆ ਹੁਣ ਵਾਲੀਵਾਲ ਦਾ ਸ਼ੌਕ ਪੂਰਾ ਕਰਦੇ ਆ ਆਬਾਦੀ ਤੇ ਤਕਰੀਬਨ ਇਥੋਂ ਸਾਡਾ 500 ਘਰ ਹੈ ਜੀ 500 ਘਰ ਨੂੰ ਤੁਸੀਂ ਮਲਟੀਪਲਾਈ ਕਰ ਲੋ ਉਹਦੇ ਨਾਲ ਕੋ ਤਕਰੀਬਨ ਕੋ 3000 افراد ਹੋਏਗਾ ਸਾਡਾ ਜ਼ਿਆਦਾਤਰ ਜਿਹੜਾ ਰੋਜ਼ਗਾਰ ਹੈ ਜੀ ਸਾਡਾ ਹੈ ਜੀ ਅਸੀਂ ਕاشتਕਾਰ ਤੇ ਨਾਲ ਸਾਡੇ ਕੋਈ ਲੋਕ ਮੈਨੂੰ ਤਾਂ ਮਜ਼ਦੂਰੀ ਵੀ ਕਰਦੇ ਆ ਜੀ ਸਾਡੇ ਤੋਂ ਨਜ਼ਦੀਕ ਖੁੱਲਿਆਂ ਵਾਲਾ ਜੀ ਆ ਜਿਹੜਾ ਤਣਾ ਜਿਹਦੀ ਵਜ੍ਹਾ ਤੋਂ ਮਾਂਚੈਸਟਰ ਆਫ ਪਾਕਿਸਤਾਨ ਵੀ ਕਿਹਾ ਜਾਂਦਾ ਫੈਸਲਾਬਾਦ ਨੂੰ ਤੇ ਉੱਥੇ ਹੀ ਹੈ ਜੀ ਜ਼ਿਆਦਾ ਸਾਡੇ ਮੇਲਾ ਵਗੈਰਾ ਹੈਗਾ ਲੋਕ ਉੱਥੇ ਚੱਲ ਜਾਂਦੇ ਉਹਨਾਂ ਨੂੰ ਕੋ ਮਾਕੂਲ ਉੱਥੋਂ ਮਿਲ ਜਾਂਦੀ ਜ ਉਹਨਾਂ ਨੂੰ ਸੈਲਰੀ ਵਗੈਰਾ ਤੇ ਆਪਣਾ ਜ਼ਿੰਦਗੀ گزارਾ ਹੈ ਜੀ ਹਾਂਜੀ ਸ਼ਖਸੀਅਤ ਸਾਡੇ ਜਿਹੜੀ ਹੈ ਸਿਰ ਜਿਹਦੇ ਵਿੱਚ ਜੀ ਜਨਾਬ ਸਾਡੇ ਦਾਦਾ ਜੀ ਮਰਹੂਮ ਚੌਰੀ ਅੱਲਾਹਤਾ ਉਹਨਾਂ ਦੇ ਬਾਰੇ ਦੱਸਦੇ ਆ ਲੋਕ ਨਾਂ ਤੇ ਕੋਈ ਪਿੰਡ ਦੇ ਵਿੱਚ ਬੰਟੇ ਵਗੈਰਾ ਖੇਡਦਾ ਹੁੰਦਾ ਸੀ ਜੀ ਨਾ ਕੋ ਢੋਲਟਮਕਾ ਹੁੰਦਾ ਸੀ ਐ ਕੰਜਰਖਾਨਾ ਵਗੈਰਾ ਸਾਡੇ ਬੈਂਡ ਵਜਿਆ ਬਿਲਕੁਲ ਨਹੀਂ ਸੀ ਹੈ ਜੀ ਫਿਰ ਮਾਸ਼ਾਅੱਲਾ ਤਕਰੀਬਨ ਲੋਕ ਬਹੁਤ ਸਾਰੇ ਸਾਡੇ ਮਵਾਹਦ ਕਿਸਮ ਦੇ ਲੋਕ ਨੇ ਨਮਾਜ਼ੀ الحمدللہ زیادہ ਸਾਡੇ ਮੈਜੋਰਟੀ ਲੋਕ ਜਿਹੜੇ ਨमाज ਪੜ੍ਹਦੇ ਨੇ ਪੰਜਗਾਨਾ ਜੀ ਉਸ ਤੋਂ ਬਾਅਦ ਫਿਰ ਸਾਡੇ ਮੀਆਂ محمد ਸਾਹਿਬ ਰਹਿਮਤੁੱਲਾਹ আলাইহি ਜੀ ਫਿਰ ਰਾਣਾ شریف ਸਾਹਿਬ ਤੇ ਫਿਰ ਸਾਡੇ ਵਾਲਦ ਸਾਹਿਬ ਜਿਨ੍ਹਾਂ ਨੇ ਡਿਵੈਲਪਮੈਂਟ ਦੇ ਕੰਮਾਂ 'ਚ ਕਾਫੀ ਸਾਰਾ ਹਿੱਸਾ ਲਿਆ ਇੱਕ ਸਾਡੇ ਯੰਗ ਹੈ ਸੀ ਸਾਡੇ ਬਰਾਦੀ ਦੇ ਜੀ ਮੀਆਂ ਜ਼ੈਦ ਸਾਹਿਬ ਉਹ ਤਕਰੀਬਨ ਕੋਈ 30 ਸਾਲ ਦੇ ਜਦੋਂ ਡੈਥ ਹੋ ਗਈ ਉਹਨਾਂ ਨੇ ਵੀ ਸਾਡੇ ਉਸ ਦੌਰ ਅਜ ਤੋਂ 30 ਸਾਲ ਪਹਿਲਾਂ ਉਹਨਾਂ ਨੇ ਕੋਈ 35 ਤੋਂ 40 ਲੱਖ ਰੁਪਏ ਗ੍ਰਾਂਟ ਦਿੱਤੀ ਸੀ ਪਿੰਡ ਨੂੰ ਸਾਡਾ ਸਾਰਾ ਪਿੰਡ ਦੇ ਅੰਦਰ 16 ਨਾਲੀਆਂ ਵਗੈਰਾ ਬਣੀਆਂ ਸੀ ਇਹ ਚਾਰ ਪੰਜ ਸ਼ਖਸੀਅਤ ਐ ਸੀ ਜਿਨ੍ਹਾਂ ਨੇ ਬਾਕੀ ਅਲਹਮਦੁਲਾਹ ਜੀ ਐ ਜਦੋਂ ਸਾਡੇ ਗੈਸ ਲੱਗੀ ਐ ਉਹਦੇ ਵਿੱਚ ਸਾਡਾ ਔਰ ਸਾਰੇ ਮੇਰੇ ਦੋਸਤਾਂ ਦਾ ਮੇਰੀ ਟੀਮ ਦਾ ਬੜਾ ਅੱਛਾ ਰੋਲ ਪਲੇ ਸੀ ਕਿ ਉਹ ਗੈਸ ਲਗਵਾਉਣ ਦੇ ਵਿੱਚ ਵੀ ਸਾਡਾ ਬੜਾ ਅਹਿਮ ਕਰਦਾਰ ਸੀ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਕਾਰਪਟ ਹੋਇਆ ਜੀ ਪੰਜਾਬ ਦੀ ਪਹਿਲੀ ਕਾਰਪਟ ਮੁਹੰਮਦ ਲਾਲ ਚੌਰੀ ਸਾਹਿਬ ਨੇ ਸਾਨੂੰ ਦਿੱਤੀ ਸੀ ਉਹਦੇ ਵਿੱਚ ਵੀ ਸਾਡੀ ਮੇਰੇ ਮੇਰੇ ਦੋਸਤਾਂ ਟੀਮ ਦਾ ਮੇਰੀ ਬਰਾਦੀ ਦਾ ਤੇ ਸਾਡੇ ਜਿੰਨੇ ਵੀ ਦੋਸਤ ਆ ਬਾਪ ਕੋਆਪਰੇਟ ਕੀਤਾ ਉਹਨਾਂ ਸਾਰਿਆਂ ਨੇ ਉਹਦੀ ਵਜ੍ਹਾ ਤੋਂ ਫਿਰ ਸਾਡੇ ਸਾਡੇ ਜਨਾਬ ਜਿਹੜੀ ਹੈ ਕਾਰਪੇਟ ਸੜਕ ਬਣੀ ਜੀ ਹਾਂ ਜੀ ਸਾਡੇ ਆਪਣਾ ਆਪਣਾ ਡਿਸਪੈਂਸਰੀ ਹੈ ਜੀ ਤੇ ਉਹਨੂੰ ਕਹਿੰਦੇ BHU ਕਹਿੰਦੇ ਆ ਤੇ ਉਹ ਵੀ ਹੈ ਅਲਹਮਦੁਲਿਲਾ ਚੱਲ ਰਹੀ ਜੀ ਉਹ ਅਰਸਾ 50 ਸਾਲ ਤੋਂ ਯੂਨੀਅਨ ਕਾਉਂਸਲ ਦਾ ਦਫ਼ਤਰ ਵੀ ਸਾਡੇ ਪਿੰਡ ਅਲਹਮਦੁਲਿਲਾ ਹੈ ਜੀ ਮਸਜਿਦ ਸਾਡੇ ਪਿੰਡ ਪੰਜ ਨੇ ਜਨਾਬ ਤਿੰਨ ਮਸਜਿਦ ਜਿਹੜੀਆਂ ਉਹ ਅਹਲੇ ਦੀਸਾਂ ਦੇ ਕੋਲ ਨੇ ਦੋ ਮਸਜਿਦਾਂ ਜਿਹੜੀਆਂ ਉਹ ਅਹਲੇ ਸੁਨਤਵਲ ਜਮਾਤ ਕੋਲ لیکن ਸਾਡੇ ਕੋਈ ਐਸਾ ਕਲੈਸ਼ ਨਹੀਂ ਹੈ ਅਲਹਮਦੁਲਿਲਾ ਜੀ ਹਾਂਜੀ ਸਕੂਲ ਸਾਡੇ ਹੈ ਜੀ ਬੱਚਿਆਂ ਦਾ ਮਿਡਲ ਸਕੂਲ ਆ ਬੱਚਿਆਂ ਦਾ ਪ੍ਰਾਇਮਰੀ ਸਕੂਲ ਆ ਤੇ ਇੱਕ ਦੋ ਸਕੂਲ ਸਾਡੇ ਪ੍ਰਾਈਵੇਟ ਵੀ ਆ ਨੇ ਤੇ ਬਾਕੀ ਸਾਡੇ ਲੋਕ ਜਿਹੜੇ ਹੈਗੇ ਜੀ ਸਾਡੇ ਜੜਾ ਵਾਲਾ ਇਥੋਂ तकरीबन 13 ਕਿਲੋਮੀਟਰ ਹੈ ਜੀ ਬੱਚੇ ਕਾਫੀ ਜ਼ਿਆਦਾ ਜੀ ਵੈਨ ਦੇ ਜ਼ਰੀਏ ਰਿਕਸ਼ਾ ਦੇ ਜ਼ਰੀਏ ਬਾਈਕ ਦੇ ਜ਼ਰੀਏ ਇਹ ਆਪਣੇ ਖੁਦ ਹੀ ਕੋਸ਼ਿਸ਼ ਕਰਕੇ ਦੇ ਬੱਚੇ ਸਾਡੇ ਜੜਾ ਵਾਲੇ ਪੜ ਰਹੇ ਨੇ ਆਪਨਾ ਪਿੰਡ ਤੇ ਮਾਸ਼ਾਅੱਲਾ ਬਹੁਤ ਜ਼ਬਰਦਸਤ ਆ ਜੀ ਇਹ ਸਾਰਾ ਆਪਣਾ ਪਿੰਡ ਜੀ ਹਿੰਦੁਸਤਾਨੋਂ ਜਿਹੜੇ ਆ ਇਹਨਾਂ ਸਾਰੇ ਇਕੱਠੇ ਹੀ ਆਏ ਆ ਸਾਡਾ ਸਿਗਾ ਜੀ ਪਾਉ ਵਾਲਾ ਇਲਾਕਾ ਸੀਗਾ ਗੰਡਾਪੁਰ ਜਿਹੜਾ ਗੰਡਾ ਸਿੰਘ ਬਾਰਡਰ ਆ ਨਾ ਜੀ ਗੰਡਾ ਸਿੰਘ ਬਾਰਡਰ ਤੋਂ ਲਾ ਲੋ 3 ਮੀਲ ਦੂਰ ਸੀਗਾ ਜਿਹੜਾ ਬਾਰਡਰ ਤੋਂ ਖਲੋ ਕੇ ਦੇਖੋ ਨਾ ਸਾਹਮਣੇ ਇਹ ਪਾਉ ਵਾਲ ਪਿੰਡ ਨਜ਼ਰ ਆਉਂਦਾ ਜੀ ਮਤਲਬ ਇਧਰੋਂ ਜਾਓ ਧੁੱਪ ਸੜੀ ਆ ਫਿਰ ਮਬੂਕੇ ਪਿੰਡ ਆ ਅੱਗੇ ਤੂੰ ਤਾਂ ਮਤਲਬ ਇੱਥੇ ਦਰਿਆ ਦਰਿਆਏ ਬਿਆਸ ਦੇ ਕਿਨਾਰੇ ਸੀ ਮਾਝੇ ਦਾ ਇਲਾਕਾ ਜਿਹੜਾ ਅੱਜ ਕੱਲ੍ਹ ਤੁਹਾਨੂੰ ਪਤਾ ਸ਼ਾਇਦ ਤੁਸੀਂ ਸੋਸ਼ਲ ਮੀਡੀਆ ਤੇ ਬੜਾ ਅੱਜ ਕੱਲ੍ਹ ਐਕਟਿਵ ਆ ਨ ਦਰੀਆਏ ਬਿਆਸ ਦੇ ਕੋਲ ਸਾਡਾ ਪਿੰਡ ਸੀ ਉਤੋਂ ਅਸੀਂ ਇੱਕ ਸੂਰ ਆਏ ਫਿਰ ਪਾਰਟੀਸ਼ਨ ਹੋ ਗਿਆ ਫਿਰ ਮੋਤੀ ਵਾਲਾ ਨਾਲ ਪਿੰਡ ਸੀ ਉੱਥੇ ਆ ਗਏ ਮੋਤੀ ਵਾਲਾ ਫਿਰ بارشਾਂ ਬੜੀਆਂ ਸੀਗੀਆਂ ਹਾਤੇ ਜਿਹੜੇ ਆ ਉਹਨਾਂ ਵਿੱਚ ਬੰਦੇ ਜ਼ਿਆਦਾ ਸੀਗੇ ਨਹੀਂ ਪੂਰੇ ਆਏ ਫਿਰ ਉਹ ਸਿਆਣੇ ਬੰਦੇ ਫਿਰਦੇ ਆ ਫਿਰਦੇ ਆ ਕੇ ਦੇਖਿਆ ਉਹਨੇ ਕਿ ਇੱਧਰ ਵੀ ਪਿੰਡ ਇੱਕ ਹੈਗਾ ਵਾ ਫਿਰ ਇੱਧਰ ਆ ਗਏ ਫਿਰ ਇੱਥੇ ਵੱਡੇ ਵੱਡੇ ਹਾਤੇ ਸੀਗੇ ਤੇ ਸਾਡੇ ਬਹੁਤ ਪੁਰਮ ਹਨ ਸਾਡੇ ਕਿਸੇ ਦੀ ਕੋਈ ਦੁਸ਼ਮਣੀ ਨਹੀਂ ਆ ਕੋਈ ਕਿ ਜਿੱਥੇ ਮਰਜ਼ੀ ਰਾਤ ਦਿਨ ਫਿਰੋ ਕੋਈ ਗੱਲ ਨਹੀਂ ਹੈ ਸਾਰਿਆਂ ਦਾ ਬੜਾ ਸਲੋਗ ਆ ਬਲਕੇ ਰਾਤ ਨੂੰ ਸ਼ਾਮ ਨੂੰ ਲੋਗ ਅਸਰ ਤੋਂ ਬਾਅਦ ਸਿਆਣੇ ਬਜ਼ੁਰਗ ਮਹੱਲਿਆਂ ਵਿੱਚ ਹੁੱਕਾ ਕੱਢ ਕੇ ਰੱਖ ਲੈਂਦੇ ਆ ਮੰਜੇ ਢਾ ਲੈਂਦੇ ਆ ਉਹ ਆਪਣੀਆਂ ਗੱਪਸ਼ਾ ਮਾਰਦੇ ਆ ਸਾਰੇ ਆ ਕੇ ਭੈਣ ਭਰਾ ਬਹਿ ਜਾਂਦੇ ਆ ਉਹ ਸ਼ੁਗਲ ਮੇਲਾ ਕਰਦੇ ਆ